रहीम अस्सलाम वालेकुम। बिस्मिल्लाह रहमान रहीम अस्सलाम वालेकुम। उम्मीद करदा मेरे भैन पैसा ठीक होने गलत है, तैनू खुश रखे शाद आबाद रखे हारा नाल दुख तकलीफ तों जात दे। इसे पैरी सिदवा नाल अज दी वीडियो करदे आं स्टार्ट। ते शाम दा टाइम हो चुका, अल्लाह खैर करे सुबह दी साडे घर दे विच मसलन हांडी नहीं बनी हैगी, हांडी बनन लगी हुण ते शाजिया ने मसलन कपड़े बदले। लेकिन असीं ना कदना वा ਇਹ ਪਹਿਲੇ ਈਦ ਦਾ ਜੋੜਾ ਤਾਂ ਦਿਖਾ ਦਿਉ ਉੱਠ ਕੇ। ਚਲੋ ਇਹਨੂੰ ਰੱਖੋ ਨਾ, ਛਾਪਰ ਨੂੰ ਰੱਖੋ ਈਦ ਦਾ ਜੋੜਾ। ਹੈਲੋ ਜੀ, ਇਹ ਮਾਸ਼ਾਅੱਲਾ ਇਹਨੇ ਆਪਣਾ ਸੂਟ ਆਪ ਸਿਲਾਈ ਕੀਤਾ, ਮਾਸ਼ਾਅੱਲਾ ਜੀ। ਹਾਂਜੀ ਮਾਸ਼ਾਅੱਲਾ, ਸੋਹਣਾ ਹੋ ਗਿਆ, ਸਿਲਾਈ ਹੋ ਗਿਆ ਸਭ। ਯਕੀਨ ਕਰ ਰਹੇ ਸੀ ਵੀ ਇਹ ਭਾਈ ਪੁੱਛ ਰਹੇ ਸੀ ਵੀ ਤੁਸੀਂ ਖੁਦ ਸਿਲਾਈ ਕੀਤਾ, ਮੈਂ ਕਿਹਾ ਹਾਂਜੀ ਨਹੀਂ ਆ ਰਿਹਾ। ਚਲੋ ਅੱਛਾ, ਅੱਲਾ ਖੈਰ ਕਰੇ। ਅੱਛਾ ਜੀ, ਅਲਹਮਦੁਲਿਲਾ, ਅੱਲਾ ਖੈਰ ਕਰੇ। ਗੋਸ਼ਤ ਆ ਗਿਆ ਵਾ, ਔਰ ਗੋਸ਼ਤ ਆਇਆ ਵਾ ਕਿੱਥੋਂ, ਆਸਫ ਭਾਈ ਦੇ ਗਿਆ ਵਾ, ਠੀਕ ਹੈ ਨਾ। ਔਰ ਹੁਣ ਪੱਕਣ ਲੱਗਾ ਵਾ ਗੋਸ਼ਤ। ਗੁਲਾਮ ਮੁਹੰਮਦ, ਅਲੀ ਰਜ਼ਾ, ਸਮੀਲਾ ਸਭ ਖਾਣਗੇ ਹੁਣ ਗੋਸ਼ਤ, ਠੀਕ ਹੈ। ਤੇ ਤੁਸੀਂ ਮਸਲਨ ਮੈਂ ਟਾਈਮ ਨਾਲ ਇਹਨਾਂ ਪਹਿਲੇ ਚਾਰ ਪਈਆਂ ਨਿਕਾਲ ਕੇ ਰੱਖ ਲਈਆਂ ਵਾ। ਹਾਂਜੀ, ਮਸਲਨ ਨਾ ਕੋਈ ਮਹਿਮਾਨ ਵੀ ਆ ਜਾਵੇ ਫਿਰ ਪਰੇਸ਼ਾਨੀ ਨਹੀਂ ਬਣੂਗੀ, ਚਾਰ ਪਈ ਤੇ ਬੈਠ ਤੇ ਜਾਊਗਾ ਫਿਰ ਮੈਂ। ਹਾਂਜੀ ਰੋਟੀ ਵਾਲਾ ਹਾਂਜੀ ਮਸਾਲਾ ਮਸਲਨ ਬਣਾਉਂਗੀ ਫਿਰ ਰੋਟੀ। ਚਲੋ ਜੀ ਅੱਛਾ, ਅੱਲਾ ਖੈਰ ਕਰੇ, ਤੁਸੀਂ ਆਪਣਾ ਗੋਸ਼ਤ ਤਿਆਰ ਕਰੋ। ਅੱਲਾ ਖੈਰ ਕਰੇ, ਬਾਹਰ ਨਾ ਮਸਲਨ ਚਾਰ ਪਈਆਂ ਨਿਕਾਲ ਲਈਆਂ ਵਾ ਤੇ ਅਲਹਮਦੁਲਿਲਾ, ਅੱਲਾ ਖੈਰ ਕਰੇ। ਔਰ ਫਿਰ ਦੁਬਾਰਾ ਤੋਂ, ਕਿਉਂਕਿ ਅੱਜ ਈਦ ਦਾ ਹੀ ਦਿਨ ਹੈ ਵਾ, ਠੀਕ ਨਾ। ਈਦ ਦਾ ਦਿਨ ਆ, ਸੁਬਹਾ ਦੀ ਜਿਹੜੀ ਉਹ ਵੀ ਈਦ ਦੀ ਸੀਗੀ, ਹੁਣ ਵੀ ਹੁਣ ਈਦ ਦੀ ਮਸਲ ਸ਼ਾਮ ਹੋ ਗਈ। ਅਤੇ ਸਭ ਮੇਰੇ ਭੈਣ ਭਾਈਆਂ ਨੂੰ ਮੇਰੀ ਤਰਫੋਂ ਈਦ ਮੁਬਾਰਕ, ਅਤੇ ਮੇਰੀ ਤਰਫੋਂ ਵੀ ਈਦ ਮੁਬਾਰਕ। ਅਤੇ ਕਿਤੇ ਨਵਾਂ ਮੇਰੀ ਤਰਫੋਂ ਵੀ ਈਦ ਮੁਬਾਰਕ। ਅਤੇ ਅਲੀ ਰਜ਼ਾ ਦੇ ਗੁਲਾਮ ਮੁਹੰਮਦ ਦੀ ਫੁੱਫੋ ਦਾ ਵਾਇਸ ਮੈਸੇਜ ਆਈ ਸੀਗੀ ਕਿ ਮੇਰੀ ਤਰਫੋਂ ਅਲੀ ਰਜ਼ਾ ਨੂੰ, ਗੁਲਾਮ ਮੁਹੰਮਦ ਨੂੰ, ਸਮੀ ਅੱਲਾ ਨੂੰ, ਸਭ ਨੂੰ ਉਹਨਾਂ, ਅਤੇ ਸ਼ਾਜ਼ੀਆ ਨੂੰ ਈਦ ਮੁਬਾਰਕ। ਤੁਹਾਨੂੰ ਸਭ ਨੂੰ ਉਹਨਾਂ ਫੁੱਫੋ ਢਾਡੀ ਨਾ ਮਸਲਨ ਈਦ ਮੁਬਾਰਕ ਕਹਿ ਰਹੀ ਸੀ। ਖੈਰ ਪਰ ਮੇਰਾ ਚੋਣਾ ਜਿਹਾ ਪੁੱਤ। ਅੱਛਾ, ਸੁਬਹਾ ਨਾ ਵੀਡੀਓ ਲੱਗੀ, ਇਹ ਨਾ ਚੱਲਣ ਦਿਆ ਸੀ ਨਾ, ਉਹ ਨਾ ਛੋਟਾ ਜਿਹਾ ਨਾ ਸਪੀਕਰ ਰੱਖਿਆ ਹੋਇਆ, ਅਤੇ ਮਸਲਨ ਨਾ ਉਹਦੇ ਵਾਸਤੇ ਲਾਈਫ ਵਾਸਤੇ, ਠੀਕ ਹੈ ਨਾ। ਉੱਥੇ ਚੱਲਣ ਦਿਆ ਸੀ ਗਾਣਾ, ਅਤੇ ਈਦ ਪੜ੍ਹ ਕੇ ਆਏ ਨਾ, ਅਤੇ ਉੱਥੇ ਆ ਕੇ ਨਾ ਉਹਨੇ ਅਲੀ ਸਮੀ ਅੱਲਾ ਨੇ ਨਾ, ਸਮੀ ਅੱਲਾ ਬੈਠਾ, ਸਮੀ ਅੱਲਾ ਨੇ ਲਾ ਦਿੱਤਾ ਉਹਦੇ 'ਤੇ ਗਾਣਾ। ਮੋਬਾਈਲ ਇਹਨਾਂ ਦੇ ਹੱਥ ਜੇਬ ਦੇ ਵਿੱਚ ਹੁੰਦਾ ਵਾ, ਛੋਟਾ ਮੋਬਾਈਲ ਨਾ, ਉਹ ਮੈਂ ਅਲੀ ਰਜ਼ਾ ਨੂੰ ਦਿੱਤਾ ਹੋਇਆ ਜਦੋਂ ਅੱਗੇ ਪਿੱਛੇ ਨਾ ਜਾਵੇ ਨਾ, ਕਿਉਂਕਿ ਘਰ ਦੇ ਨਾ ਸੌਦੇ ਲੈ ਕੇ ਆਉਂਦਾ ਵਾ, ਸਾਰੇ ਸੌਦੇ ਘਰ ਦੇ ਇਹ ਲੈ ਕੇ ਆਉਂਦਾ। ਫਿਰ ਅੱਗੇ ਪਿੱਛੇ ਜਾਵੇ ਨਾ, ਫਿਰ ਇਹਨਾਂ ਨੇ ਨਾ ਫੋਨ 'ਤੇ ਰਾਬਤਾ ਹੁੰਦਾ ਕਿ ਪੁੱਤ ਫਲਾਣੀ ਚੀਜ਼ ਲਿਆਉਣੀ ਜਾਂ ਕੋਈ ਚੀਜ਼ ਭੁੱਲ ਨਾ ਜਾਈਏ, ਇਸ ਕਰਕੇ ਇਹਨਾਂ ਨੇ ਉਹ ਲਾ ਕੇ ਨਾ ਗਾਣਾ ਲਾ ਦਿੱਤਾ। ਅਤੇ ਗੁਲਾਮ ਮੁਹੰਮਦ ਅਤੇ ਸਮੀ ਅੱਲਾ ਦੋਨੋਂ ਜਾਣੇ ਨਾ ਮਤਲਬ ਨੱਚਣਾ ਸ਼ੁਰੂ ਕਰ ਦਿੱਤਾ। ਮੈਂ ਉੱਦਾਂ ਹੀ ਨਾ ਵੀਡੀਓ ਦਾ ਟੋਟਾ ਚੁੱਕ ਕੇ ਨਾ ਵਿੱਚ ਲਾ ਛੱਡਿਆ, ਅਤੇ ਮਾਸ਼ਾਅੱਲਾ ਬਹੁਤ ਹੀ ਅੱਛੇ ਅੱਛੇ ਕਮੈਂਟ ਆਏ ਵਾ, ਐਪਰੀਸ਼ੀਏਟ ਕੀਤਾ। ਸਮੀ ਅੱਲਾ ਤੁਹਾਨੂੰ ਵੀ ਥੈਂਕ ਯੂ ਕਹੋ, ਅਤੇ ਗੁਲਾਮ ਮੁਹੰਮਦ ਤੁਹਾਨੂੰ ਵੀ ਥੈਂਕ ਯੂ ਥੈਂਕ ਯੂ ਜਾ। ਅਤੇ ਅੱਲਾ ਖੈਰ ਕਰੇ, ਕਿੰਨਾ ਸੁਬਹਾ ਸ਼ੁਕਰ ਲੱਗਾ ਹੈ। ਹਾਂਜੀ, ਅੱਜ ਗਰਮੀ ਵੀ ਬਹੁਤ, ਹਾਂਜੀ ਇੱਕ ਦਫ਼ਾ ਗਏ ਵਾ ਦੁਕਾਨ 'ਤੇ ਜਾਣ ਦਿੱਤਾ ਵਾ, ਦੁਕਾਨ 'ਤੇ ਗਏ ਵਾ, ਦੁਕਾਨ ਤੋਂ ਜਾ ਕੇ ਆਪਣਾ ਮਸਲ ਸਮਾਨ ਲੈ ਕੇ, ਮਸਲ ਜਿਹੜੇ ਮਸਲ ਚੀਜ਼ ਚੂਜ਼ ਖਾ ਕੇ ਆਉਣੀ ਸੀ ਉਹ ਖਾ ਕੇ ਆਏ ਵਾ। ਉਸ ਤੋਂ ਬਾਅਦ ਆ ਕੇ ਪੱਖਾ ਲਾਇਆ ਅਤੇ ਗਰਮੀ ਬਹੁਤ ਜ਼ਿਆਦਾ ਸੀ, ਸੌਂ ਗਏ, ਠੀਕ ਹੈ ਨਾ। ਔਰ ਹੁਣ ਅਲਹਮਦੁਲਿਲਾ ਗੋਸ਼ਤ ਆਇਆ ਵਾ, ਆਸਫ ਭਾਈ ਦੇ ਕੇ ਗਏ ਵਾ ਪੂੰਜਾ ਚੱਕ ਦੇ ਵਿੱਚੋਂ, ਹੁਣ ਇਨਸ਼ਾਅੱਲਾ ਗੋਸ਼ਤ ਪੱਕੇਗਾ ਔਰ ਮੇਰੇ ਬੱਚੇ ਸਾਰੇ ਅਲਹਮਦੁਲਿਲਾ ਗੋਸ਼ਤ ਖਾਣਗੇ, ਕਿਉਂ ਜੀ। ਚਲੋ ਜੀ ਅੱਛਾ, ਅੱਲਾ ਖੈਰ ਕਰੇ, ਬਿਨਾਂ ਟਾਈਮ ਵੇਸਟ ਕੀਤੇ ਕਰਦੇ ਹਾਂ ਅੱਜ ਦੀ ਵੀਡੀਓ ਸਟਾਰਟ। ਮੇਰੇ ਵੀਡੀਓ ਦੇ ਨਾਲ ਜੁੜੇ ਰਹਿਣਾ, ਵੀਡੀਓ
ਸਕਿੱਪ ਨਹੀਂ ਕਰਨੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਫਿਰ ਜਿਹੜੀ ਜਿਵੇਂ ਸਵੇਰੇ ਵੀਡੀਓ ਆਈ ਮਜ਼ਾ ਆਇਆ ਨਾ ਦੇਖਣ ਦਾ, ਇਸ ਤਰ੍ਹਾਂ ਹੀ ਹੁਣ ਜਿਹੜੀ ਵੀਡੀਓ ਆਏਗੀ ਇਨਸ਼ਾਅੱਲਾ ਮਜ਼ਾ ਆਏਗਾ ਵੀਡੀਓ ਦੇਖਣ ਦਾ। ਅਤੇ ਕਰਦੇ ਹਾਂ ਅੱਜ ਦੀ ਵੀਡੀਓ ਸਟਾਰਟ ਬਿਨਾਂ ਟਾਈਮ ਵੇਸਟ ਕੀਤੇ। ਮੇਰਾ ਪੁੱਤ ਚੱਕੋ ਨਾ, ਤੁਸੀਂ ਖਲੋਗੇ, ਚੱਕੋ ਉੱਤੋਂ ਚੁੱਕੋ ਲੁੱਕੜਾਂ ਚੁੱਕੋ। ਚੱਲ ਬਾਕੀ ਪਈਆਂ ਰਹਿੰਦੇ, ਨਹੀਂ ਇਹ ਨਹੀਂ, ਇਹ ਪਈਆਂ ਰਹਿੰਦੇ, ਬਸ ਇਹ ਲੈ ਜਾਓ, ਠੀਕ ਹੈ ਨਾ। ਚਲੋ ਮੇਰਾ ਪੁੱਤ ਹਾਂਡੀ ਵਾਸਤੇ ਨਾ ਦਿਓ, ਅਤੇ ਅੱਲਾਹ ਖੈਰ ਕਰੇ ਹਾਂਡੀ ਵਾਸਤੇ ਨਾ, ਮਤਲਬ ਚੁੱਲ੍ਹੇ ਵਿੱਚ ਅੱਗ ਜਲਣ ਲੱਗੀ ਵਾ, ਠੀਕ ਹੈ। ਕਿਉਂਕਿ ਗੈਸ ਦਾ ਵੈਸੇ ਸਿਲੰਡਰ ਦੀ ਸਹੂਲਤ ਹੋਈ ਵਾ, ਲੇਕਿਨ ਸਿਲੰਡਰ ਨੂੰ ਪਤਾ ਨਹੀਂ ਕੀ ਮਸਲਾ ਬਣਿਆ ਕਿ ਰਾਤੀ ਭਰਾਇਆ ਵੀ ਅਤੇ ਅੱਜ ਤਾਂ ਕੋਈ ਬੈਠਾ ਕੋ ਨਹੀਂ ਹੈਗਾ, ਲੇਕਿਨ ਉਹਨਾਂ ਥੱਲੋਂ ਲੀਕਿੰਗ ਕਰਦਾ ਪਿਆ ਵਾ, ਪਤਾ ਨਹੀਂ ਕੀ ਗੱਲ ਆ ਕੀ ਨਹੀਂ। ਅਤੇ ਬਾਕੀ ਅੱਲਾਹ ਖੈਰ ਕਰੇ, ਉਹਨੂੰ ਗਏ ਸੀਗੇ ਚੈੱਕ ਕਰਾਉਣ ਵਾਸਤੇ, ਲੇਕਿਨ ਅੱਜ ਦੁਕਾਨਾਂ ਅੱਜ ਇੱਦਾਂ ਦਿਨ ਅੱਜ ਵੈਸੇ ਹੀ ਦੁਕਾਨਾਂ ਬੰਦ ਸੀਗੀਆਂ, ਠੀਕ ਹੈ ਨਾ। ਅਤੇ ਮੈਂ ਅੱਜ ਲੱਕੜੀਆਂ ਬਲਣ ਲੱਗੀਆਂ, ਅੱਲਾਹ ਖੈਰ ਕਰੇ, ਉਹ ਫੱਟੀਆਂ ਬਚੀਆਂ ਸੀ ਖੁੱਡੇ ਦੇ ਵਿੱਚੋਂ, ਜਲਦੀ ਜਲਦੀ ਬਣ ਜਾਏਗਾ। ਤਾਂ ਮਿੰਟ ਲਾਓ, ਕਿਉਂਕਿ ਹੁਣ ਬੱਚਿਆਂ ਨੂੰ ਵੀ ਜਿਹੜੀ ਭੁੱਖ ਲੱਗੀ ਲੱਗੀ, ਮੈਨੂੰ ਖੁਦ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ, ਠੀਕ ਹੈ। ਅਤੇ ਅੱਛਾ ਅੱਲਾਹ ਖੈਰ ਕਰੇ, ਕਿੱਦਾਂ ਨਵਾਂ ਇੱਧਰ ਗੋਸ਼ਤ ਤਿਆਰ ਹੁੰਦਾ, ਗੋਸ਼ਤ ਕਿਹੜਾ ਤਿਆਰ ਕਰਨ ਲੱਗੇ, ਇਹ ਗੋਸ਼ਤ ਵੀ ਛੋਟਾ ਹੀ ਆ, ਬੜਾ ਨਹੀਂ ਹੈ। ਹਾਂਜੀ ਬੱਕਰੇ ਦਾ ਹੀ ਆ, ਸਾਰਾ ਹੀ ਬੱਕਰੇ ਦਾ ਵਾ, ਸਾਰੇ ਬੱਕਰੇ ਦਾ ਵਾ। ਚਲੋ ਮੇਰਾ ਪੁੱਤ ਤਾੜ ਦੋ, ਅਜ਼ਾਨ ਹੋ ਰਹੀ ਆ, ਨਮਾਜ਼ ਦਾ ਟਾਈਮ ਹੋ ਗਿਆ, ਅਤੇ ਉੱਤੇ ਵਾਲਾ ਕੁੱਕੜ ਆਪੇ ਹੀ ਵੜ ਗਿਆ ਵਾ, ਬਾਕੀ ਕੁੱਕੜ ਜਿਹੜੇ ਨੇ ਇੱਧਰਲੀ ਸਾਈਡ 'ਤੇ ਹੋ ਨਾ, ਅਲੀ ਜਿਹੜਾ ਇਸ ਸਾਈਡ 'ਤੇ ਉਹ, ਕਿਉਂਕਿ ਇੱਕ ਵਾਰੀ ਇਹਨਾਂ ਨੂੰ ਵਾੜਨਾ ਪੈਣਾ, ਮੁੜ ਕੇ ਇਹਨਾਂ ਨੇ ਆਪੇ ਹੀ ਵੜ ਜਾ ਕਰਨਾ ਆਪਣੇ ਨਾ ਟਾਈਮ ਨਾਲ, ਥੱਲੇ ਵਾਲੇ ਦਿਲ ਆਪੇ ਵੜ ਗਏ ਨਾ। ਚਲੋ ਜੀ ਖੁੱਡੇ, ਉਹ ਵੇਖ ਕੇ ਇੱਕ ਗਈ, ਹੁਣ ਇੱਦਾਂ ਹੀ ਤਾਂ ਸਾਰਿਆਂ ਨੇ ਮਗਰ ਚੱਲ ਜਾਣਾ। ਖੁੱਡੇ, ਗੁਲਾਮ ਮੁਹੰਮਦ ਅੱਗੇ ਨੂੰ ਥੋੜ੍ਹੇ ਜਿਹੇ ਖੁੱਡੇ, ਅਜ਼ਾਨ ਹੋ ਰਹੀ ਆ, ਅੱਲਾਹ ਖੈਰ ਕਰੇ, ਅਤੇ ਚੱਲ ਵਾੜੋ, ਨਮਾਜ਼ ਦਾ ਟਾਈਮ ਹੋ ਗਿਆ, ਅਜ਼ਾਨ ਹੋ ਗਈ, ਅੱਲਾਹ ਖੈਰ ਕਰੇ। ਚਲੋ ਇਹਨੂੰ ਇੱਧਰ ਨੂੰ ਅੱਗੇ ਨੂੰ ਘੇਰੋ ਨਾ, ਚੱਲ ਬਈ, ਚੱਲ, ਖੁੱਡੇ, ਚੱਲ ਬਈ, ਚੱਲ, ਸ਼ਾਬਾਸ਼, ਆਪੇ ਵੜੇਗਾ ਨਾ, ਫਿਰ ਅਗਲੀ ਵਾਰੀ ਨਾ ਆਪੇ ਇਹ ਵੜ ਜਾ ਕਰੇਗਾ, ਇਹਨੂੰ ਘੇਰੋ ਇੱਧਰੋ, ਉੱਧਰੋ, ਖੁੱਡੇ, ਉਰੇ ਫੜ ਲੈ ਇਹਨੂੰ, ਪਿਆਰ ਨਾ ਫੜ ਲਾ, ਚਲੋ ਫੜ ਲਓ, ਫਲ ਉੱਤੇ ਵੇ ਕਿੱਦਾਂ ਚੜ੍ਹਨ ਦਿਆ, ਇੱਧਰ ਨਹੀਂ ਜਾਣ ਦਿਆ ਹੈਗਾ। ਚਲੋ ਜੀ ਤਾੜੋ ਜੀ, ਵਿੱਚ ਇਹਦੇ ਵਿੱਚ ਨਾ ਕਿੱਲੀ ਪਸਾ ਦੇ, ਅਤੇ ਚਲੋ ਮੇਰਾ ਪੁੱਤ ਨਾ ਵਜ਼ੂ ਕਰੋ ਅਤੇ ਨਮਾਜ਼ ਪੜ੍ਹੀ, ਇਹਦਾ ਕੁੰਡੀ ਲਾ ਦੇ, ਚੱਲ ਸ਼ਾਬਾਸ਼, ਚਲੋ ਬੰਦ ਕਰਤਾ, ਹਾਂ ਚਲੋ ਠੀਕ ਹੋ ਗਿਆ, ਚਲੋ ਮੇਰਾ ਪੁੱਤ ਨਮਾਜ਼ ਪੜ੍ਹ ਲਓ, ਠੀਕ ਹੈ। ਚਲੋ ਵੀ ਅਗਲਾ ਮੁਹੰਮਦ ਵਜ਼ੂ ਕਰੋ, ਸਾਰੇ ਨਮਾਜ਼ ਪੜ੍ਹੋ, ਅਤੇ ਅੱਛਾ ਜੀ ਅੱਲਾਹ ਖੈਰ ਕਰੇ, ਨਮਾਜ਼ ਦਾ ਟਾਈਮ ਹੋ ਚੁੱਕਿਆ, ਅਜ਼ਾਨ ਹੋ ਗਈ ਆ, ਅਤੇ ਅਜ਼ਾਨਾਂ ਹੋਰ ਪਾਸੇ ਹੋ ਵੀ ਰਹੀਆਂ ਵਾ, ਅਤੇ ਵਜ਼ੂ ਕਰ ਦੇਵਾਂ, ਨਮਾਜ਼ ਪੜ੍ਹ ਦੇਵਾਂ, ਇਨਸ਼ਾਅੱਲਾ ਮਿਲਦੇ ਹਾਂ ਨਮਾਜ਼ ਤੋਂ ਬਾਅਦ। ਅਤੇ ਔਰ ਉਨੀ ਦੇਰ ਤੱਕ ਸ਼ਾਜ਼ੀਆ ਆਪਣਾ ਨਾ ਗੋਸ਼ਤ ਜਿਹੜਾ ਵਾ ਤਿਆਰ ਕਰਨਾ ਸ਼ੁਰੂ ਕਰ ਲਿਆ ਵਾ ਸ਼ਾਜ਼ੀਆ ਨੇ, ਅਤੇ ਉਨੀ ਦੇਰ ਤੱਕ ਆਪਣਾ ਨਾ ਗੋਸ਼ਤ ਤਿਆਰ ਕਰ ਲਵੇ, ਠੀਕ ਹੈ, ਅਸੀਂ ਉਨੀ ਦੇਰ ਨਮਾਜ਼ ਪੜ੍ਹ ਲਈਏ। ਮਾਸ਼ਾਅੱਲਾ ਜੀ, ਅਲਹਮਦੁਲਿਲਾ, ਅੱਲਾਹ ਖੈਰ ਕਰੇ, ਨਮਾਜ਼ ਪੜ੍ਹ ਲਈ ਆ ਅਲਹਮਦੁਲਿਲਾ, ਔਰ ਨਮਾਜ਼ ਪੜ੍ਹ ਕੇ ਆਪਣੇ ਭੈਣ ਭਾਈਆਂ ਦੇ ਹੱਕ 'ਚ ਦੁਆ ਕੀਤੀ, ਅਤੇ ਇਸੇ ਤਰ੍ਹਾਂ ਹੀ ਮੇਰੇ ਭੈਣ ਭਾਈ ਸਾਡੇ ਹੱਕ 'ਚ ਦੁਆ ਕਰਨਾ। ਅਤੇ ਅਲੀ ਰਜ਼ਾ ਪੁੱਤ ਬੱਕਰੀ ਬੋਲਣ ਦੇ ਹੀ ਆ, ਤਸਵੀ ਕਰ ਲਾ, ਅਤੇ ਕਿਤੇ ਨਵਾਂ ਮੈਨੂੰ ਵੀ ਗੁਲਾਮ ਮੁਹੰਮਦ, ਮੇਰੀ ਤਸਵੀ ਕਿੱਥੇ, ਅੱਛਾ ਮੇਰੀ ਪਾਵੇ ਦੇ ਨਾਲ ਹੀ ਟੰਗੀ ਹੋਈ, ਚਲੋ ਠੀਕ ਹੋ ਗਿਆ। ਅਤੇ ਇਹ ਮੇਰਾ ਪੁੱਤ ਨਾ, ਇਹਨੂੰ ਨਾ ਅਤੇ ਮੈਂ ਕਹਿਣ ਲੱਗਾ ਸੀਗਾ ਤਸਵੀ ਕਰ ਲਾ, ਅਤੇ ਮੈਨੂੰ ਸ਼ੱਕ ਪੈਂਦੀ ਹੈ, ਬੋਲਦੀ ਪਈ ਇਹਨੂੰ ਨਾ ਪਾਣੀ ਪਿਲਾ, ਹੈਂ ਪਾਣੀ ਕੋਲ ਰੱਖਿਆ ਹੋਇਆ, ਫਿਰ ਬੋਲਦੀ ਕਾਹਤੋਂ ਆ, ਲੈ ਮੈਂ ਪਾਣੀ ਦਾ ਨਾਂ ਲਿਆ, ਹੁਣ ਪਾਣੀ ਦੇ ਨਾਲ ਹੀ ਉੱਤੇ ਚਲੇਗੀ। ਚਲੋ ਅੱਛਾ ਅੱਲਾਹ ਖੈਰ ਕਰੇ, ਅਤੇ ਤੁਹਾਡਾ ਗੋਸ਼ਤ ਤਿਆਰ ਹੋ ਗਿਆ, ਚਲੋ ਚਲੋ ਸਹੀ ਹੋ ਗਿਆ, ਅੱਲਾਹ ਖੈਰ ਕਰੇ, ਕਰ ਲਓ ਇਹਨਾਂ ਨੂੰ ਤਿਆਰ, ਅਤੇ ਅੱਲਾਹ ਖੈਰ ਕਰੇ। ਹੁਣ ਜੀ ਗੋਸ਼ਤ ਦੀ ਇੰਤਜ਼ਾਰ ਆ, ਗੋਸ਼ਤ ਬਣਦਾ ਅਤੇ ਫਿਰ ਇਨਸ਼ਾਅੱਲਾ ਗੋਸ਼ਤ ਜਿਹੜਾ ਉਹ ਖਾਂਦੇ ਵਾ। ਨਮਾਜ਼ ਪੜ੍ਹ ਲਈ, ਅਤੇ ਹੁਣ ਨਾ ਮੈਂ 10 ਮਿੰਟ ਬੈਠ ਕੇ ਜ਼ਰਾ ਨਾ ਤਸਬੀਹ ਕਰ ਲਵਾਂ ਔਰ ਅੱਲਾਹ ਦਾ ਜ਼ਿਕਰ ਕਰ ਲਵਾਂ।
ਮੇਰਾ ਪੁੱਤ ਬੋਤੀ ਖਾ ਰਿਹਾ? ਅੱਛਾ ਜੀ, ਬੋਤੀ ਖਾ ਰਿਹਾ? ਇਹ ਲਓ ਜੀ ਬੋਟੀ, ਮਾਸ਼ਾਅੱਲਾ ਮਾਸ਼ਾਅੱਲਾ ਜੀ, ਮਾਸ਼ਾਅੱਲਾ ਜੀ, ਮਾਸ਼ਾਅੱਲਾ। ਅਲਹਮਦੁਲਿਲਾ, ਬੱਚਿਆਂ ਨੂੰ ਨਾ ਮਸਲਨ ਰੋਟੀ ਦੇ ਛੱਡੀ ਆ, ਅੱਲਾ ਖੈਰ ਕਰੇ। ਅਤੇ ਕਿਉਂਕਿ ਨਾ ਹੁਣ ਕਿੱਦਾਂ ਨਵਾਂ ਸਾਲਣ ਨਾ ਬਣਿਆ ਬਣਾਇਆ ਨਾ, ਲੇਟ ਅਸੀਂ ਹੋ ਗਏ ਸੀ ਵੈਸੇ ਹੀ, ਸੁਬਹਾ ਦਾ ਗੋਸ਼ਤ ਕੋਈ ਸੀਗਾ ਅਤੇ ਮਸਲਨ ਗੋਸ਼ਤ ਸ਼ਾਮੀ ਪਿਆ ਆ, ਅਤੇ ਸਸੁਰਾਲ ਵੱਲੋਂ ਨਾ ਮਸਲਨ ਉੱਧਰ ਨਾਲ ਹੀ ਮੇਰੇ ਸਹੁਰੇ ਰਹਿੰਦੇ, ਉੱਧਰੋਂ ਨਾ ਬਣਿਆ ਬਣਾਇਆ ਗੋਸ਼ਤ ਆਇਆ, ਅਤੇ ਉਹਦੇ ਨਾਲ ਨਾ ਬੱਚੇ ਨਾ ਖਾਣਾ ਖਾ ਰਹੇ ਵਾ, ਅੱਲਾ ਖੈਰ ਕਰੇ। ਅਤੇ ਖਾਣਾ ਖਾਣ ਦੇ ਵਾ ਗੁਲਾਮ ਮੁਹੰਮਦ ਸਮੀ ਉੱਲਾ ਅਲੀ ਰਜ਼ਾ, ਠੀਕ ਹੈ। ਬੋਟੀ ਬੋਟੀ ਨਾਲ ਰੋਟੀ ਖਾ ਰਹੇ? ਬੋਟੀਆਂ ਖਾ ਰਹੇ ਮੇਰੇ ਪੁੱਤ? ਅੱਛਾ, ਅਤੇ ਕਹਿੰਦਾ ਨਾ ਵਾ ਉਹ ਦੇ ਗਏ ਗੋਸ਼ਤ, ਅਤੇ ਸ਼ਾਜ਼ੀਆ ਨੇ ਨਾ ਉਹ ਮਸਲਾ ਗਰਮ ਕਰਕੇ ਅਤੇ ਉਹ ਦੇ ਦਿੱਤਾ, ਅੱਲਾ ਖੈਰ ਕਰੇ। ਔਰ ਸ਼ਾਜ਼ੀਆ ਆਪ ਬਣਾ ਰਹੀ ਹਲੇ ਤੱਕ, ਖਾਣਾ ਹਨੇਰਾ ਹੋ ਗਿਆ, ਕਿੰਨੀ ਕੁ ਦੇਰ ਮਸਲਾ ਖਾਣਾ ਬਣਾ ਕੇ ਖਿਲਾਤਾ ਉਹ ਸਭ ਨੂੰ, ਰੋਟੀ ਬਣਾ ਦਿੱਤੀ, ਚਾਏ ਵੀ ਬਣ ਚੁੱਕੀ ਹੈ, ਚਾਏ ਵੀ ਬਣਾ ਕੇ ਥਰਮਾਸ ਪਾ ਲਈ, ਹੁਣ ਉੱਪਰ ਰੱਖ ਦਿੱਤਾ। ਨਹੀਂ ਉਹ ਤਾਂ ਹੋ ਗਿਆ, ਲੇਕਿਨ ਆਪਣੀ ਹਾਂਡੀ ਨੂੰ ਕਿੰਨੀ ਦੇਰ? ਹਾਂਜੀ ਹਲੇ ਤਿਆਰ ਕਰਨੀ, ਹਲੇ ਸਭ ਕੁਛ ਵਿੱਚ ਐਡ ਕਰਨਾ ਵਾ। ਅੱਛਾ, ਵਿੱਚ ਟਮਾਟਰ, ਇਹਦਾ ਮਤਲਬ ਰਾਤ ਦੀ 12-1 ਵਜੇ ਦੀ ਇੰਤਜ਼ਾਰ ਕਰੀਏ? ਨਹੀਂ, ਬਹੁਤ ਜਲਦੀ ਜਾਏ, ਤੁਹਾਨੂੰ ਪਤਾ ਤਕਰੀਬਨ ਘੰਟਾ ਤਾਂ ਲੱਗ ਹੀ ਜਾਣਾ। ਅੱਛਾ ਚਲੋ, ਅੱਛਾ ਅੱਲਾ ਖੈਰ ਕਰੇ। ਅਤੇ ਚਲੋ ਜੀ, ਅੱਛਾ ਅੱਲਾ ਖੈਰ ਕਰੇ, ਹਾਂਡੀ ਜਿਹੜੀ ਸਾਡੀ ਤਿਆਰ ਹੋ ਰਹੀ ਵਾ, ਕਿਉਂਕਿ ਗੋਸ਼ਤ ਵਾ ਬੱਕਰੇ ਦਾ, ਅਤੇ ਬੱਕਰੇ ਦਾ ਗੋਸ਼ਤ ਸ਼ਾਜ਼ੀਆ ਜਦੋਂ ਬਣਾਉਂਦੀ ਵਾ, ਯਕੀਨ ਕਰੋ ਬੜਾ ਹੀ ਮਜ਼ੇਦਾਰ ਬਣਦਾ, ਬੜਾ ਹੀ ਮਜ਼ੇਦਾਰ ਬਣਦਾ, ਔਰ ਬੜਾ ਹੀ ਲਿਜ਼ਤ ਵਾਲਾ, ਠੀਕ ਹੈ ਨਾ? ਐਵੇਂ ਹੀ ਹੈ ਨਾ? ਨਹੀਂ, ਹਕੀਕਤ ਗੱਲ ਆ, ਹਕੀਕਤ ਗੱਲ। ਔਰ ਇਹਦੇ ਹੱਥ ਦਾ ਗੋਸ਼ਤ ਔਰ ਕੜੀ, ਹਕੀਕਤ ਗੱਲ ਆ, ਮੈਂ ਬੜੇ ਸ਼ੌਕ ਨਾਲ ਖਾਂਦਾ, ਠੀਕ ਹੈ। ਔਰ ਕਿੱਦਾਂ ਨਵਾਂ ਵੱਡਾ ਗੋਸ਼ਤ ਤਾਂ ਮੈਂ ਖਾਂਦਾ ਨਹੀਂ ਹੈਗਾ, ਵੱਡਾ ਗੋਸ਼ਤ ਮੇਰਾ ਮੰਨਾ ਵਾ, ਲੇਕਿਨ ਇਹ ਬੱਕਰੇ ਦਾ ਵਾ, ਔਰ ਇਨਸ਼ਾਅੱਲਾ ਖਾਵਾਂਗੇ, ਅਤੇ ਹਵਾ ਵੀ ਠੰਡੀ ਠੰਡੀ ਵਗਣ ਲੱਗ ਗਈ ਵਾ, ਅਤੇ ਅੱਗ ਅੱਗ ਵੀ ਆਪਾਂ ਹਾਂਡੀ ਬਣਾ ਕੇ ਰੱਖ ਲੈਂਦੀ ਹੈ, ਕਿਉਂਕਿ ਗੋਸ਼ਤ ਫਿਰ ਖਰਾਬ ਹੋ ਜਾਣਾ ਸੀਗਾ, ਅਤੇ ਫਿਰ ਹੁਣੀ ਤਿਆਰ ਕਰ ਲੈਂਦੀ ਹੈ ਹਾਂਡੀ। ਹਾਂਜੀ, ਸਮਝ ਲਓ ਮੈਂ ਬੱਚੇ ਸੌਣ ਆ ਜਾਣ, ਮੈਂ ਤਾਂ ਬੱਚਿਆਂ ਨੂੰ ਸਭ ਤੋਂ ਪਹਿਲਾਂ, ਮੈਂ ਕਿਹਾ ਬੱਚਿਆਂ ਨੂੰ ਖਾਣਾ ਦੇ ਦਿਓ। ਹਾਂਜੀ, ਅਤੇ ਹੁਣ ਇਹ ਸੁਬਹਾ ਖਾ ਲਾਂਗੇ ਇਨਸ਼ਾਅੱਲਾ ਸਾਰੇ। ਚਲੋ, ਅੱਛਾ ਅੱਲਾ ਖੈਰ ਕਰੇ। ਅਤੇ ਹੁਣ ਦਾ ਅਲਹਮਦੁਲਿਲਾ ਖਾਣਾ ਹੋ ਚੁੱਕਿਆ ਵਾ, ਅਤੇ ਹੁਣ ਨਾ ਇਹ ਜਿਹੜੀ ਹਾਂਡੀ ਬਣਨ ਦੀ ਨਾ, ਹੁਣ ਦਾ ਮਸਲਾ ਅਸੀਂ ਖਾਣਾ ਖਾ ਚੁੱਕੇ ਵਾਂ, ਅਤੇ ਜਿਹੜੀ ਹੁਣ ਹਾਂਡੀ ਬਣੇਗੀ ਇਹ ਵੈਸੇ ਮੈਂ ਲਾਵਾਂਗਾ ਸ਼ਿਫਟ ਮਾੜੀ ਮੋਟੀ, ਕਿਉਂਕਿ ਮੈਂ ਬੱਚਿਆਂ ਨੂੰ ਜ਼ਿਆਦਾ ਮਸਲ ਉੱਦਾਂ ਦੇ ਤਗਦੋ ਦਿੱਤੀ, ਮੈਂ ਆਪ ਨਾ ਖਾਧਾ ਹੈ, ਲੇਕਿਨ ਕੰਮ ਹੀ ਖਾਧਾ ਵਾ, ਠੀਕ ਹੈ ਨਾ, ਮੈਂ ਮਸਾਲੇ ਮਸੂਲੇ ਨਾਲ ਨਾ ਰੋਟੀ ਖਾ ਲਈ, ਕਿਉਂਕਿ ਉੱਧਰੋਂ ਆਇਆ ਸੀ ਮੈਂ, ਜਿਸ ਤਰ੍ਹਾਂ ਕਿ ਦੱਸਿਆ ਵਾ ਕਿ ਸ਼ਾਜ਼ੀਆ ਦੇ ਅੰਮੀ ਅੱਬੂ ਵੱਲੋਂ ਆਇਆ ਸੀ ਸਾਲਣ, ਬਣਿਆ ਬਣਾਇਆ ਬਣਿਆ ਹੋਇਆ ਆਇਆ ਸੀਗਾ, ਅਤੇ ਉਹਦੇ ਨਾਲ ਹੀ ਉਹੀ ਗਰਮ ਕਰਕੇ ਨੇ ਦਿੱਤਾ, ਅਤੇ ਉਹ ਹੀ ਅਸੀਂ ਖਾਧਾ। ਅਤੇ ਕਿੱਦਾਂ ਨਾ ਵਾ ਇਹ ਜਿਹੜੀ ਹਾਂਡੀ ਬਣਦੀ ਹੈ, ਚੋ ਮੈਂ ਚਸਕਾ ਲਾਊਂਗਾ, ਬਾਕੀ ਇਨਸ਼ਾਅੱਲਾ ਸੁਬਹਾ ਹੀ ਅੱਲਾ ਖੈਰ ਕਰੇ ਹੋਏਗਾ। ਚੱਕੋ ਖਾ ਟੱਕਣ ਦੇਵੇ ਜ਼ਰਾ, ਮਤਲਬ ਇਹਦਾ ਕੋਈ ਸ਼ੈਲ ਵੀ ਵਿੱਚ ਮੈਂ ਐਡ ਨਹੀਂ ਕੀਤੀ, ਬਸ ਪਾਣੀ ਪਾ ਕੇ ਉੱਬਲ ਰਿਹਾ ਵਾ, ਗੋਸ਼ਤ ਉੱਬਲ ਰਿਹਾ, ਹਲੇ ਉੱਬਲ ਰਿਹਾ, ਮੈਂ ਆਖਿਆ ਪਤਾ ਨਹੀਂ ਤਿਆਰ ਹੋ ਗਿਆ ਵਾ। ਹਾਂਜੀ, ਇਹ ਇੱਡੀ ਜਲਦੀ ਨਹੀਂ ਤਿਆਰ ਹੁੰਦਾ, ਗਲਣਾ ਵੀ ਆ ਮਾਸ਼ਾਅੱਲਾ। ਅੱਛਾ, ਟਾਈਮ ਤੁਹਾਨੂੰ ਦੱਸ ਦਿੱਤਾ, ਤਕਰੀਬਨ ਘੰਟਾ ਲੱਗ ਜਾਣਾ ਹਾਂਡੀ ਤਿਆਰ ਕਰਨ। ਚਲੋ, ਅੱਛਾ ਅੱਲਾ ਖੈਰ ਕਰੇ, ਕਰੋ ਤੁਸੀਂ ਤਿਆਰ। ਅਤੇ ਵਿੱਚ ਮੈਂ ਵਿੱਚ ਨਮਕ ਐਡ ਕਰ ਦਿੰਦੀ ਹਾਂ, ਤੁਹਾਨੂੰ ਚਾਹੇ ਦੇ ਦਿਓ। ਹਾਂ, ਚਾਹੇ ਦੇ ਦਿਓ। ਉਹੀ ਤਾਂ ਮੈਂ ਕਿਹਾ ਸਾਰਾ ਸਮਾਨ ਰੈਡੀ ਕਰ ਦਿੱਤੀ ਸੀ, ਅਤੇ ਮੈਂ ਕਿਹਾ ਹਰ ਚੀਜ਼ ਰੈਡੀ। ਖਾਲੀ ਮੇਰਾ ਪੁੱਤ? ਹਾਂਜੀ। ਚਲੋ, ਸ਼ਾਬਾਸ਼, ਇੱਧਰ ਗੁਲਾਮ ਮੁਹੰਮਦ ਆਪਣਾ ਨਾ ਬਿਸਤਰਾ ਚੁੱਕ ਕੇ ਨਾ ਵਿਛਾਉਣ ਲਈ ਲੈ ਕੇ ਜਾ ਰਿਹਾ। ਚਲੋ ਉਹ ਸਾਰਾ ਚੁੱਕੋ, ਬਰਤਨ ਪਹਿਲੇ ਮੇਰਾ ਪੁੱਤ ਚੁੱਕ ਲਓ ਉੱਤੋਂ ਸਾਰੇ, ਠੀਕ ਹੈ, ਸਾਰੇ ਬਰਤਨ ਮੇਰਾ ਪੁੱਤ ਚੁੱਕੋ। ਚਲੋ ਵੀ ਗੁਲਾਮ ਮੁਹੰਮਦ ਦੀ ਆ ਛੋਟੀ ਮੰਜੀ ਗੁਲਾਮ ਮੁਹੰਮਦ ਦੀ ਵਿਛਾ ਦਿਓ, ਔਰ ਪਰਲੀ ਮੰਜੀ ਵੀ ਵਿਛਾ ਦਿਓ, ਸਾਰੀਆਂ ਚਾਰ ਪਹੀਆਂ ਨਾ ਵਿਛਾ ਦਿਓ, ਅਤੇ ਅੱਲਾ ਖੈਰ ਕਰੇ। ਕਿੱਦਾਂ ਨਵਾਂ ਚਾਹੇ ਤੁਸੀਂ ਤਿਆਰ ਹੋਈ ਪਈ ਵਾ? ਹਾਂਜੀ, ਤਿਆਰ ਹੋਈ ਪਈ, ਮੈਂ ਥਰਮਾਸ਼ ਪਾ ਕੇ ਰੱਖ ਦਿੱਤੀ ਸੀ, ਬਿਸਤਰੇ ਵੀ ਸਾਰੇ ਨਿਕਾਲੇ ਪਏ ਆ, ਬਸ ਅਲੀ ਰਜ਼ਾ ਵਿਛਾਉਂਦਾ ਵਾ, ਤੁਸੀਂ ਦੋ ਫਿਰ ਚਾਏ, ਫਿਰ ਚਾਏ ਗਰਮ ਕਰਕੇ ਦਈਓ, ਠੰਡੀ ਨਾ ਦਈਓ। ਨਹੀਂ, ਹੁਣੀ ਮੈਂ ਬਣਾ ਕੇ ਨਾ ਹੁਣੀ ਥਰਮਾਸ ਐਡ ਕਰਕੇ ਲੈ ਸਾਲਾਂ ਲੱਗਾ। ਹਾਂਜੀ, ਥਰਮਾਸ ਚੁੱਕ ਕੇ ਦਿਖਾਓ, ਇਹ ਥਰਮਾਸ ਜਿਹੜਾ ਵਾ ਸਾਡੀ ਭੈਣ ਨੇ ਭੇਜਿਆ ਸੀ UK ਤੋਂ, ਔਰ ਮੇਰੇ ਵਾਸਤੇ ਸਪੈਸ਼ਲ ਆਇਆ ਸੀ,
ਆਹ ਦੇਖੋ ਮੈਂ ਨੇੜੇ ਕਰਦਾ, ਆਹ ਦੇਖੋ ਉਸੇ ਤਰ੍ਹਾਂ ਹੀ ਹਲੇ ਮਾਸ਼ਾਅੱਲਾ ਠੀਕ ਹੈ ਨਾ। ਹਾਂਜੀ ਹਾਂਜੀ ਅਤੇ ਅੱਲਾ ਖੈਰ ਕਰੇ, ਅੱਲਾ ਉਹਨੂੰ ਤੰਦਰੁਸਤੀ ਦੇਵੇ, ਸਿਹਤ ਦੇਵੇ। ਯਕੀਨ ਕਰੋ ਇਹਦੇ ਵਿੱਚ ਨਾ ਪਾਣੀ ਮਸਲ ਮੇਰਾ ਸਰਦੀਆਂ ਨੂੰ ਨਾ ਨੀਮ ਗਰਮ ਕਰਕੇ ਉਹ ਵੀ ਪੈ ਜਾਂਦਾ ਵਾ, ਕਿਉਂਕਿ ਮੈਂ ਠੰਡਾ ਪਾਣੀ ਨਹੀਂ ਪੀਣਾ ਹੁੰਦਾ, ਠੀਕ ਹੈ, ਚਾਹ ਵੀ ਰੱਖ ਦਈ ਦੀ, ਚਾਹ ਵੀ ਰੱਖ ਦਈ, ਦੋ ਤਿੰਨ ਕਾਲੀ ਦਿੰਦੀ। ਹਾਂਜੀ ਅਤੇ ਔਰ ਅੱਲਾ ਖੈਰ ਕਰੇ ਬੱਚੇ ਬਿਸਤਰਾ ਕਰਨ ਦੇ। ਪੁੱਤ ਇੱਧਰੋਂ ਉਹ ਜਿਹੜੀ ਸਾਈਡ ਨਾ ਗੱਦੇ ਦੀ ਉਹ ਸਾਈਡ ਇੱਧਰ ਕਰੋ, ਇਹ ਸਾਈਡ ਉੱਧਰ ਕਰੋ, ਫੜ ਕੇ ਨਾ ਇੱਦਾਂ ਲੈ ਜਾ ਸਮੀ, ਲੈ ਇੱਦਾਂ ਫੇਰੋ ਗੱਦਾ ਮੇਰੇ ਪੁੱਤ, ਸ਼ਾਬਾਸ਼, ਇੱਦਾਂ ਫੇਰੋ, ਉੱਧਰ ਹੀ ਹੋ ਜਾਣਾ ਸਮੀ, ਲਾ ਤੁਸੀਂ ਸ਼ਾਬਾਸ਼, ਇੱਦਾਂ ਫੇਰੋ। ਲਓ ਜੀ ਇੱਧਰ ਜਨਾਬ ਸਾਹਿਬ ਕਰਕੇ ਆਪਣਾ ਬਿਸਤਰਾ ਸਿੱਧਾ ਹੋ ਗਿਆ ਤੁਹਾਡਾ ਬਿਸਤਰਾ, ਚਲੋ ਸਹੀ ਹੋ ਗਿਆ, ਲੈ ਵੀ ਫਿੱਟ ਹੋ ਗਿਆ, ਫਿਰ ਗੁੱਡ ਹੋ ਗਿਆ, ਕਹਿ ਗੁੱਡ ਹੋ ਗਿਆ। ਅੱਛਾ ਚਲੋ ਜੀ, ਇਹ ਵੀ ਮੇਰਾ ਪੁੱਤ ਬਿਸਤਰਾ ਵਿਛਾਓ, ਉਹ ਵੀ ਵਿਛ ਗਿਆ ਨਾ, ਇਹ ਵੀ ਬਿਸਤਰਾ ਵਿਛਾ ਦਿਉ, ਠੀਕ ਹੈ। ਇਹ ਦੇਖੇ ਦਿੰਦਾ ਵਾ ਗੁਲਾਮ ਮੰਨਿਆ ਆਪਣਾ ਖੁਦ ਹੀ ਵਿਛਾ ਲਿਆ ਅਤੇ ਪਰਲਾ ਬਿਸਤਰਾ ਵੀ ਵਿਛ ਗਿਆ, ਹੁਣ ਇੱਧਰਲਾ ਬਿਸਤਰਾ ਵਿਛਦਾ ਵਾ ਅਤੇ ਮੇਰਾ ਪੁੱਤ ਕਰਕੇ ਅਤੇ ਕਿਹਦਾ ਨਾਮ ਆ ਇਹ ਬਿਸਤਰਾ ਵਿਛਾ ਕੇ ਅਤੇ ਉੱਥੇ ਨਾ ਮੇਰੀ ਦਵਾਈ ਕੱਢ ਕੇ ਨਾ ਮੇਰੇ ਸਰਾਣੇ ਰੱਖ ਦੇ, ਠੀਕ ਹੈ, ਤਾਂ ਕਿ ਫਿਰ ਨਾ ਮੈਂ ਭੁੱਲ ਨਾ ਜਾਵਾਂ, ਠੀਕ ਹੈ। ਔਰ ਦਵਾਈ ਜਿਹੜੀ ਆ ਉਹ ਮਸਲਨ ਕਿਸ ਬਾਅਦ ਟਾਈਮ ਅੱਜ ਨਾ ਮੈਂ ਦੁਪਹਿਰ ਦੀ ਜਿਹੜੀ ਨਾ ਗੋਲੀ ਹੈ ਨਾ ਉਹ ਨਹੀਂ ਖਾਧੀ ਹੈਗੀ, ਦੁਪਹਿਰ ਨੂੰ ਲਾਜ਼ਮਨ ਖਾਂਦਾ ਵਾਂ ਲੇਕਿਨ ਅੱਜ ਦੁਪਹਿਰ ਦੀ ਕੋਈ ਨਹੀਂ ਖਾਧੀ ਹੈਗੀ, ਲੇਕਿਨ ਇਸ ਕਰਕੇ ਕਿਹਾ ਕਿ ਕੱਢ ਕੇ ਨਾ ਮੇਰੇ ਸਰਾਣੇ ਰੱਖ ਦਿਉ ਤਾਂ ਕਿ ਕਿਹਦਾ ਨਾਮ ਆ ਮੈਂ ਯਾਦ ਨਾਲ ਨਾ ਫਿਰ ਖਾ ਲਵਾਂ, ਕਿਉਂਕਿ ਫਿਰ ਬੈਠੇ ਲੰਮੇ ਪਏ, ਫਿਰ ਵੈਸੇ ਤਾਂ ਮੈਂ ਅਲਹਮਦੁਲਿਲਾ ਜਾਗਦਾ ਹੀ ਪਿਆ, ਕੋਈ ਪਤਾ ਨਹੀਂ ਹੁੰਦਾ ਫਿਰ ਬੈਠੇ ਤਾਂ ਫਿਰ ਨੀਂਦ ਆ ਜਾਵੇ ਅਤੇ ਫਿਰ ਭੁੱਲ ਜਾਂਦਾ ਉਹਨਾਂ ਕਿਸੇ ਬਾਅਦ ਟਾਈਮ, ਬੜੀ ਦਫ਼ਾ ਇਸ ਤਰ੍ਹਾਂ ਹੋਇਆ ਕਿ ਭੁੱਲ ਜਾਂਦਾ। ਅਤੇ ਚਲੋ ਅੱਛਾ ਅੱਲਾ ਖੈਰ ਕਰੇ, ਸ਼ਾਦੀ ਆਪਣੀ ਸਬਜ਼ੀ ਨੂੰ ਯਾਦ ਕਰਵਾ ਦੂੰਗੀ, ਸਾਰੀਆਂ ਚੀਜ਼ਾਂ ਤੁਹਾਡੇ ਸਾਰੇ ਰੱਖ ਦਿੰਦੀ, ਮੈਂ ਇੱਕ ਵਾਰੀ ਸਿਰਫ ਹਾਂਡੀ 'ਚ ਹਾਂਜੀ ਮਸਾਲਾ ਐਡ ਕਰ ਦਵਾਂ, ਹਾਂਜੀ ਨਵਾਂ ਸੂਟ ਪਾ ਕੇ ਅਤੇ ਸਿਰਫ ਹਾਂਡੀ ਤਿਆਰ ਹੋ ਰਹੀ ਆ। ਅਤੇ ਅੱਛਾ ਜੀ ਇੱਥੇ ਆਪਣੀ ਵੀਡੀਓ ਦਾ ਅਸੀਂ ਕਰਦੇ ਐਂਡ, ਅਤੇ ਅਗਰ ਮੇਰੇ ਭੈਣ ਭਰਾ ਨੂੰ ਸਾਡੀ ਵੀਡੀਓ ਪਸੰਦ ਆ ਗਈ ਤਾਂ ਲਾਈਕ ਕਰ ਦੇ, ਸ਼ੇਅਰ ਕਰ ਦੇ, ਕਮੈਂਟ 'ਚ ਲਾਜ਼ਮ ਦੱਸਿਓ, ਸਾਨੂੰ ਦੀ ਇਜਾਜ਼ਤ, ਅੱਲਾ ਹਾਫਿਜ਼। ਰਹੀ ਜ਼ਿੰਦਗੀ, ਇਨਸ਼ਾਅੱਲਾ ਨੈਕਸਟ ਵੀਡੀਓ ਵਿੱਚ ਇਸ਼ਾ ਦੀ ਅਜ਼ਾਨ ਹੋਣ ਲੱਗ ਗਈ ਵਾ, ਰੱਬ ਸੁਣਨ ਦੇ ਹਵਾਲੇ, ਅੱਲਾ ਹਾਫਿਜ਼, ਅੱਲਾ ਹਾਫਿਜ਼, ਅੱਲਾ ਹਾਫਿਜ਼।